ਨਮਸਕਾਰ ਇਨਸਾਫ ਟੀਵੀ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ। ਇਸ ਵਕਤ ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਭਾਜਪਾ ਵਰਕਰਾਂ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਕਰ ਪਾਕਿਸਤਾਨ ਦਾ ਪੁਤਲਾ ਫੂਕਿਆ ਹੈ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਦੱਸ ਦਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ਼੍ਰੀ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਪਾਕਿਸਤਾਨ ਵੱਲੋਂ ਹਮਲਾ ਕਰਨ ਦੇ ਵਿਰੋਧ ਵਿੱਚ ਅੱਜ ਗੁਰਦਾਸਪੁਰ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਭਾਜਪਾ ਲੀਡਰਸ਼ਿਪ ਨੇ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਕਰ ਪਾਕਿਸਤਾਨ ਸਰਕਾਰ ਅਤੇ ਪਾਕ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕਿਆ ਹੈ। ਦੱਸ ਦਈਏ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਕੱਲ੍ਹ ਸ਼ਾਮ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਸੀ ਜਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਧਰਨਾ ਦਿੱਤਾ ਅਤੇ ਫਿਰ ਗੁਰਦੁਆਰਾ ਸਾਹਿਬ 'ਤੇ ਪੱਥਰਬਾਜ਼ੀ ਕੀਤੀ ਸੀ ਅਤੇ ਕਿਹਾ ਸੀ ਕਿ ਇੱਥੇ ਸਿੱਖਾਂ ਨੂੰ ਨਹੀਂ ਰਹਿਣ ਦੇਣਗੇ। ਜਿਸ ਤੋਂ ਬਾਅਦ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਉੱਪਰ ਤਣਾਅ ਪੈਦਾ ਹੋ ਗਿਆ ਸੀ, ਜਿਸ ਦਾ ਪੂਰੇ ਭਾਰਤ ਵਿੱਚ ਵਿਰੋਧ ਕੀਤਾ ਗਿਆ ਅਤੇ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ। ਅੱਜ ਰੋਸ ਪ੍ਰਦਰਸ਼ਨ ਕਰ ਰਹੇ ਭਾਜਪਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਸਾਥੀ ਲੀਡਰਸ਼ਿਪ ਨਾਲ ਕਿਹਾ ਕਿ ਹਿੰਦੂ ਸਿੱਖਾਂ ਦੇ ਆਸਥਾ ਦੇ ਪ੍ਰਤੀਕ ਨਨਕਾਣਾ ਸਾਹਿਬ ਗੁਰਦੁਆਰਾ ਵਿੱਚ ਪਾਕਿਸਤਾਨ ਮੁਸਲਿਮ ਭਾਈਚਾਰੇ ਨੇ ਗੁਰਦੁਆਰਾ ਸਾਹਿਬ 'ਤੇ ਪਥਰਾਅ ਕੀਤਾ ਹੈ ਅਤੇ ਘੋਸ਼ਣਾ ਕੀਤੀ ਹੈ ਕਿ ਨਨਕਾਣਾ ਸਾਹਿਬ ਸ਼ਹਿਰ ਨੂੰ ਗੁਲਾਮੇ ਮੁਸਤਫਾ ਬਣਾ ਦਿੱਤਾ ਜਾਵੇਗਾ, ਜੋ ਬੜੇ ਗਲਤ ਅਤੇ ਮਾੜੀ ਸ਼ਬਦਾਵਲੀ ਵਰਤੀ ਹੈ, ਜਿਸ ਦੀ ਭਾਰਤੀ ਜਨਤਾ ਪਾਰਟੀ ਵਿਰੋਧ ਕਰਦੀ ਹੈ ਅਤੇ ਜੋ ਉਹਨਾਂ ਕਿਹਾ ਕਿ ਜੋ ਹਿੰਦੂਆਂ ਸਿੱਖਾਂ ਦੇ ਤਸ਼ੱਦਦ ਢਾਹੇ ਗਏ ਸਨ ਉਹ ਅੱਜ ਫਿਰ ਜ਼ਖਮ ਤਾਜ਼ੇ ਕਰ ਦਿੱਤੇ ਗਏ ਹਨ, ਪਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਾਡੀ ਮੰਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਉੱਪਰ ਸਖ਼ਤ ਐਕਸ਼ਨ ਲੈਣ। ਉੱਥੇ ਹੀ ਪਾਕਿਸਤਾਨ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਪੂਰੇ ਗੁਰਦਾਸਪੁਰ ਸ਼ਹਿਰ ਵਿੱਚ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਸਾਥੀਆਂ ਨਾਲ ਰੋਸ ਪ੍ਰਦਰਸ਼ਨ ਕਰਕੇ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਪਾਕਿਸਤਾਨ ਨੂੰ ਇਸ ਦੀ ਸਜ਼ਾ ਦਿੱਤੀ ਜਾਵੇ ਅਤੇ ਉਹਨਾਂ ਲੋਕਾਂ ਨੂੰ ਇਸ ਦੀ ਸਜ਼ਾ ਦਿੱਤੀ ਜਾਵੇ ਜੋ ਇਸ ਦੇ ਹੱਕਦਾਰ ਸਨ। ਦੇਖੋ ਇਨਸਾਫ ਟੀਵੀ 'ਤੇ ਪੂਰੀ ਖਬਰ। ਸਾਰੇ ਦੇਸ਼ ਨੂੰ ਪਤਾ ਔਰ ਕੱਲ੍ਹ ਸ਼ਾਮ ਤੋਂ ਲੈ ਕੇ ਖਬਰਾਂ ਆ ਗਈਆਂ ਸੀ ਕਿ ਕਿਵੇਂ ਸਾਡੇ ਹਿੰਦੂ ਸਿੱਖਾਂ ਦੀ ਆਸਥਾ ਦੇ ਪ੍ਰਤੀਕ ਸ਼੍ਰੀ ਨਨਕਾਣਾ ਸਾਹਿਬ ਦੇ ਉੱਤੇ ਪਾਕਿਸਤਾਨ ਦੀ ਇੱਕ ਉਨਮਾਦੀ ਭੀੜ ਨੇ ਕਿਸ ਤਰੀਕੇ ਦਾ ਉੱਤੇ ਪਥਰਾਵ ਕੀਤਾ। ਉਹਨਾਂ ਨੇ ਘੋਸ਼ਣਾ ਕੀਤੀ ਹੈ ਲੋਕਾਂ ਨੇ ਕਿ ਗੁਲਾਮੇ ਮੁਸਤਫਾ ਬਣਾ ਦਿੱਤਾ ਜਾਵੇਗਾ ਸ਼ਹਿਰ ਨੂੰ। ਅਸ਼ੋਭਨੀਯ ਸ਼ਬਦ ਜਿਹੜੇ ਨੇ ਉਹ ਵਰਤੇ ਨੇ। ਪਾਕਿਸਤਾਨ ਦੇ ਵਿੱਚ ਅਗਰ ਕਿਸੇ ਧਰਮ ਦੇ ਬਾਰੇ ਦੇ ਵਿੱਚ ਕੋਈ ਟਿੱਪਣੀ ਕਰ ਦੇਵੇ ਉਹਨਾਂ ਦੇ ਧਰਮ ਦੇ ਬਾਰੇ ਦੇ ਵਿੱਚ ਇਸ਼ ਨਿੰਦਾ ਕਾਨੂੰਨ ਦੇ ਤਹਿਤ ਮੌਤ ਸਜ਼ਾਏ ਮੌਤ ਦਿੱਤੀ ਜਾਂਦੀ ਹੈ। ਔਰ ਇੱਥੇ ਸਾਡਾ ਉਹਨਾਂ ਨੇ ਇੰਨਾ ਅਪਮਾਨ ਕੀਤਾ ਔਰ ਇਹ ਬੜੇ ਦੁੱਖ ਵਾਲੀ ਗੱਲ ਹੈ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਦੇਸ਼ ਦੀਆਂ ਹੈਗੀਆਂ ਉਹ ਸਿਆਸਤ ਦੇ ਵਿੱਚ ਮੁਬਤਲਾ ਨੇ, ਉਹਨਾਂ ਦੀ ਜ਼ਮੀਰ ਨਹੀਂ ਜਾਗੀ। ਔਰ ਜਿਸ ਤਰੀਕੇ ਦੇ ਨਾਲ ਹਿੰਦੂ ਸਿੱਖ ਈਸਾਈ ਬੋਧ ਪਾਰਸੀ ਜੈਨ ਭਾਈਚਾਰੇ 'ਤੇ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਦੇ ਵਿੱਚ ਨਿਰੰਤਰ ਜ਼ੁਲਮ ਹੁੰਦੇ ਆ ਰਹੇ ਨੇ,
ਉਹਨਾਂ ਨੇ ਸਦੀਆਂ ਪਹਿਲਾਂ ਜਿਹੜੇ ਸਾਡੇ 'ਤੇ ਜ਼ੁਲਮ ਹੋਏ ਸੀ, ਸਾਡੇ ਇਤਿਹਾਸਿਕ ਮੰਦਰਾਂ ਨੂੰ ਤੋੜਿਆ ਗਿਆ ਸੀਗਾ, ਸਾਡੇ ਧਰਮ ਦਾ ਅਪਮਾਨ ਕੀਤਾ ਗਿਆ ਸੀਗਾ, ਅੱਜ ਉਹ ਯਾਦਾਂ ਉਹਨਾਂ ਨੇ ਫੁੱਲ ਮੁੜ ਕੇ ਤਾਜ਼ਾ ਕਰ ਦਿੱਤੀਆਂ ਨੇ, ਸਾਡੇ ਜ਼ਖਮ ਹਾਰੇ ਕਰ ਦਿੱਤੇ ਨੇ, ਲੇਕਿਨ ਹੁਣ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਆਪਣੀ ਕੀ ਮੰਗ ਆ ਜੀ? ਮੰਗ ਸਾਡੀ, ਜਿਨ੍ਹਾਂ ਲੋਕਾਂ ਨੇ ਸਭ ਕੁਝ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ, ਔਰ ਮੰਗ ਉਹਨਾਂ ਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਤੋਂ ਕੋਈ ਉਮੀਦ ਹੋਏ ਕਿ ਪੂਰੀ ਹੋਏਗੀ। ਅਸੀਂ ਆਪਣੇ ਦੇਸ਼ ਦੀ ਉਸ ਸਰਕਾਰ ਤੋਂ, ਆਪਣੇ ਪ੍ਰਧਾਨ ਮੰਤਰੀ ਤੋਂ ਇਹ ਡਿਮਾਂਡ ਕਰਦੇ ਹਾਂ ਕਿ ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਬਹੁਤ ਨੁਕਸਾਨ ਹੋ ਜਾਏਗਾ, ਇਹੋ ਜਿਹੀ ਕੋਈ ਕਾਰਵਾਈ ਕਰੋ ਕਿ ਸਾਨੂੰ ਸਾਡੇ ਧਾਰਮਿਕ ਸਥਾਨਾਂ ਦੀ ਖੁਦ ਸੇਵਾ ਸੰਭਾਲ ਦਾ ਮੌਕਾ ਮਿਲੇ, ਹੋਰ ਇਹਦਾ ਕੋਈ ਹੱਲ ਨਹੀਂ ਹੈਗਾ। ਸਾਡੀ ਉਹ ਤਪਨ ਭੂਮੀ ਜਿੱਥੋਂ ਸੰਦੇਸ਼ ਨਿਕਲਿਆ ਕਿਰਤ ਕਰੋ ਤਾਂ ਵੰਡ ਛਕੋ, ਉਸ ਜਗ੍ਹਾ ਦੇ ਉੱਤੇ ਪਾਕਿਸਤਾਨ ਦੇ ਗੁੰਡਿਆਂ ਨੇ ਘੇਰਾ ਪਾਇਆ, ਪਥਰਾਵ ਕੀਤਾ, ਔਰ ਇਹ ਕਿਹਾ ਵੀ ਇਸ ਧਾਮ ਦਾ ਨਾਂ ਹੀ ਬਦਲ ਦੇਵਾਂਗੇ। ਇਹ ਬਹੁਤ ਨਿਖੇਧੀਯੋਗ ਹੈ। ਪੂਰੀ ਭਾਰਤੀ ਜਨਤਾ ਪਾਰਟੀ, ਪੂਰਾ ਹਿੰਦੁਸਤਾਨ, ਪੂਰਾ ਪੰਜਾਬ ਇਸ ਗੱਲ ਦਾ ਪ੍ਰਦਰਸ਼ਨ ਕਰ ਰਿਹਾ ਕਿ ਉੱਥੋਂ ਦੀ ਜਿਹੜੀ ਇਮਰਾਨ ਖਾਨ ਸਰਕਾਰ ਹੈ ਉਹਨਾਂ ਦੋਸ਼ੀ ਦੇ ਖਿਲਾਫ਼ ਕਾਰਵਾਈ ਕਰੇ। ਬਹੁਤ ਬਹੁਤ ਧੰਨਵਾਦ। ਪਾਕਿਸਤਾਨ ਦੇ ਲੋਕਾਂ ਨੇ ਕੀਤਾ, ਇਸ ਤੋਂ ਸਾਫ਼ ਜ਼ਾਹਿਰ ਹੈ ਕਾਂਗਰਸ ਸਰਕਾਰ ਜਿਹੜੀ ਹੈ ਪਾਕਿਸਤਾਨ ਦੇ ਹੱਥਾਂ ਕਰ ਰਹੀ ਹੈ। ਅਸੀਂ ਭਾਰਤੀ ਜਨਤਾ ਪਾਰਟੀ ਦੀ ਕਰਤਵ ਕਾਰਜਕਰਤਾ ਇਸ ਨਾਗਰਿਕ ਲੋਕਾਂ ਤੱਕ ਲਾਗੂ ਕਰਾਵਾਂਗੇ ਤਾਂ ਕਿ ਜਿਹੜੇ ਦੂਜੇ ਦੇ ਲੋਕ ਨੇ, ਧਾਰਿਕ ਲੋਕ ਨੇ, ਉਹਨਾਂ ਨੂੰ ਉਹਦੇ ਹੱਕ ਦਵਾ ਸਕਦੇ।